ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਯਾਮਿਨੀ ਮਲਹੋਤਰਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਕਰੂਸ। ਟਾਈਟਲ ਜਿਹੜਾ ਹੈਗਾ ਨਾ ਉਹ ਵੀ ਇੰਨਾ ਰੋਮਾਂਚਕ ਹੈ ਕਿ ਇਹਦੇ ਚ ਕੀ ਹੈਗਾ, ਦਿਲ ਹੋਣਾ ਚਾਹੀਦਾ ਜਵਾਨ। ਸੱਚ ਪੋਜ਼ਿਟਿਵ ਟਾਈਟਲ, ਸਭ ਤੋਂ ਪਹਿਲਾਂ ਤਾਂ ਟਾਈਟਲ ਇਜ਼ ਲਾਈਕ ਵਾਓ, ਦੇਅਰ ਇਜ਼ ਸਮਥਿੰਗ ਇਨਸਾਈਡ ਦ ਸਕ੍ਰਿਪਟ। ਉਸ ਤੋਂ ਬਾਅਦ ਜਦ ਡਾਇਰੈਕਟਰ ਸਰ ਸਾਡੇ ਕੇਵਲ ਸਰ ਨੇ ਸਾਨੂੰ ਸਕ੍ਰਿਪਟ, ਮੈਨੂੰ ਸਕ੍ਰਿਪਟ ਨਰੇਟ ਕੀਤੀ, ਇਹਦੇ 'ਚ ਜਿਹੜਾ ਮੇਰਾ ਕੈਰੈਕਟਰ ਹੈ ਪ੍ਰੀਤੀ, ਉਹਦਾ ਇੰਨਾ ਪਾਵਰਫੁਲ ਰੋਲ ਹੈ ਪੂਰੀ ਮੂਵੀ 'ਚ। ਸੋ ਆਈ ਆਲਵੇਜ਼ ਵਾਂਟ ਟੂ ਡੂ ਸੱਚ ਕਾਇੰਡ ਆਫ ਮੂਵੀਜ਼ ਜਿਹਦੇ 'ਚ ਮੇਰਾ ਕੁਛ ਪਰਫੋਰਮੈਂਸ ਹੈਗਾ ਹੈ, ਤਾਂ ਇਹਦੇ 'ਚ ਮੈਨੂੰ ਬਹੁਤ ਕੁਛ ਕਰਨ ਨੂੰ ਮਿਲਿਆ, ਬਹੁਤ ਸਾਰੇ ਸ਼ੇਡਸ ਪਲੇ ਕਰਨ ਨੂੰ ਮਿਲੇ। ਅੱਛਾ ਮੈਮ, ਤੁਹਾਡੀ ਜਿਹੜੀ ਲਾਸਟ ਮੂਵੀ ਸੀ ਰੋਸ਼ਨ ਪ੍ਰਿੰਸ ਨਾਲ, ਉਹਦੇ 'ਚ ਤੁਹਾਡਾ ਰੋਲ ਜਿਹੜਾ ਕੰਮੋ ਦਾ ਰੋਲ ਸੀ, ਬੜਾ ਡੀਸੈਂਟ ਜਿਹਾ ਰੋਲ ਸੀ, ਜਿਹੜੀ ਮਤਲਬ ਆਪਣੀ ਆਪਣੇ ਕਲੋਜ਼ ਵੰਸ ਤੋਂ ਹੀ ਬੜੀ ਉਹ ਪ੍ਰੋਬਲਮਸ ਮੁਸ਼ਕਿਲਾਂ ਫੇਸ ਕਰ ਰਹੀ ਸੀ ਆਪਣੇ ਡ੍ਰੀਮਸ ਕਰਕੇ। ਤਾਂ ਮੈਮ ਇਸ ਫਿਲਮ 'ਚ ਥੋੜ੍ਹਾ ਸਿਮਿਲਰ ਰੋਲ ਹੈ ਕਿ ਡਿਫਰੈਂਟ ਰੋਲ ਕਰ ਰਹੇ ਹੋ? ਨਹੀਂ, ਉਹ ਕੰਮੋ ਜਿਹੜਾ ਰੋਲ ਸੀ ਉਹ ਬਹੁਤ ਸਾਊ ਕੁੜੀ ਸੀ, ਪਿੰਡ ਦੀ ਕੁੜੀ ਸੀ। ਤਾਂ ਇਹ ਪ੍ਰੀਤੀ ਜਿਹੜੀ ਆ ਇਹ ਇੰਡੀਪੈਂਡੈਂਟ ਹੈ, ਇਹ ਆਪਣੀ ਲਾਈਫ 'ਚ ਕੁਛ ਕਰਨਾ ਚਾਹੁੰਦੀ ਹੈ ਆਪਣੇ ਦਮ 'ਤੇ। ਉਹ ਥੋੜ੍ਹਾ ਜਿਹਾ ਡਿਫਰੈਂਟ ਹੈ, ਉਹ ਡਿਪੈਂਡੈਂਟ ਸੀ, ਉਹ ਬਹੁਤ ਸੌਫਟ ਸੀ। ਪ੍ਰੀਤੀ ਸੌਫਟ ਨਹੀਂ ਆ, ਪ੍ਰੀਤੀ ਬੜੀ ਦਮਦਾਰ ਕੁੜੀ ਆ, ਤਾਂ ਥੋੜ੍ਹਾ ਜਿਹਾ ਡਿਫਰੈਂਸ ਹੈ। ਬਾਕੀ ਇੱਕ ਚੀਜ਼ ਜਿਹੜੀ ਮਿਲਦੀ ਹੈ ਦੋਵੇਂ ਕੈਰੇਕਟਰਸ 'ਚ ਉਹ ਹੈ ਰਿਸ਼ਤਿਆਂ ਦਾ ਲਿਹਾਜ਼। ਕੰਮੋ ਜਿਹੜੀ ਸੀ ਉਹਨੂੰ ਵੀ ਰਿਸ਼ਤਿਆਂ ਨਾਲ ਬਹੁਤ ਸਨਮਾਨ ਸੀ, ਮਾਂ ਪਿਓ ਨਾਲ ਬਹੁਤ ਪਿਆਰ ਸੀ ਸਾਰਿਆਂ ਨਾਲ। ਇਹਦੇ 'ਚ ਵੀ ਆਹੀ ਹੈਗਾ ਕਿ ਪ੍ਰੀਤੀ ਦਾ ਜਿਹੜਾ ਕੈਰੇਕਟਰ ਹੈ ਉਹ ਵੀ ਸਾਰੇ ਰਿਸ਼ਤਿਆਂ ਨਾਲ ਬਹੁਤ ਜ਼ਿਆਦਾ, ਸਭ ਤੋਂ ਵੱਧ ਸਾਰੇ ਉਸਦੇ ਰਿਸ਼ਤੇ। ਮੈਨੂੰ ਬਹੁਤ ਵਧੀਆ ਲੱਗਾ ਪੰਜਾਬੀ ਕਰੂਸ ਨਾਲ ਗੱਲ ਕਰਕੇ, ਤਾਂ ਮੇਰੀ ਦਿਲੋਂ ਦੁਆ ਹੈ ਕਿ ਤੁਸੀਂ ਬਹੁਤ ਤਰੱਕੀ ਕਰੋ ਐਂਡ ਪੂਰੇ ਪੰਜਾਬੀ ਆਡੀਅੰਸ 'ਚ ਫੇਮਸ ਹੋ ਜਾਓ। ਮਾਈ ਬੈਸਟ ਵਿਸ਼ਿਜ਼ ਆਵੇ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਮੈਂ ਨਵ ਬਾਜਵਾ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਗਰੁੱਪ ਦੇ ਵਿੱਚ। ਸਰ ਤੁਹਾਡੀ ਮੂਵੀ ਦੇ ਸੈੱਟ 'ਤੇ ਔਨ ਲੋਕੇਸ਼ਨ ਅੱਜ ਅਸੀਂ ਪਹੁੰਚੇ ਹਾਂ, ਦਿਲ ਹੋਣਾ ਚਾਹੀਦਾ ਜਵਾਨ। ਸਰ ਕਿਸ ਤਰ੍ਹਾਂ ਦਾ ਕਨਸੈਪਟ ਆ, ਔਰ ਬਾਕੀ ਤੁਸੀਂ ਬਹੁਤ ਵੱਖਰੇ ਵੱਖਰੇ ਕਿਰਦਾਰ ਜਿਹੜੇ ਹੈਗੇ ਪੰਜਾਬੀ ਇੰਡਸਟਰੀ 'ਚ ਐਕਸਪੈਰੀਮੈਂਟ ਕਰਦੇ ਰਹਿੰਦੇ ਹੋ, ਅਤੇ ਇਸ ਫਿਲਮ 'ਚ ਕੀ ਵੱਖਰਾ ਤੁਹਾਨੂੰ ਨਵ ਬਾਜਵਾ? ਮੈਂ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਆਡੀਅੰਸ ਨੇ ਬੜਾ ਪਿਆਰ ਦਿੱਤਾ ਹਰ ਫਿਲਮ 'ਚ, ਡਿਫਰੈਂਟ ਕਿਰਦਾਰ ਨੂੰ, ਚਾਹੇ ਉਹ ਰੇਡੀਓ ਹੋਏ, ਚਾਹੇ ਉਹ ਮਾਸਟਰ ਮਨਜਿੰਦਰ ਦਾ ਸੁੱਖਾ ਫਤਿਹ ਪਿਓਰ ਪੰਜਾਬੀ, ਇੱਦਾਂ ਹੀ ਦਿਲ ਹੋਣਾ ਚਾਹੀਦਾ ਜਵਾਨ ਜਿਹਦੇ ਸੈੱਟ 'ਤੇ ਤੁਸੀਂ ਮੈਨੂੰ ਦੇਖ ਰਹੇ ਹੋ ਅੱਜ ਇਸ ਗੈਟਅਪ ਦੇ ਵਿੱਚ। ਬੜੀ ਕਮਾਲ ਦੀ ਫਿਲਮ ਹੈ ਜਿਹਦਾ ਦਾ ਟਾਈਟਲ ਹੈ ਨਾ ਦਿਲ ਹੋਣਾ ਚਾਹੀਦਾ ਜਵਾਨ। ਇਹਦੇ ਵਿੱਚ ਬਜ਼ੁਰਗਾਂ ਨੂੰ ਦਿਖਾਇਆ ਗਿਆ ਅਤੇ ਯੰਗਸਟਰਸ ਨੂੰ ਦਿਖਾਇਆ ਗਿਆ। ਸਾਡੀ ਸੋਚ, ਯੰਗਸਟਰ ਦੀ ਸੋਚ ਅਤੇ ਬਜ਼ੁਰਗਾਂ ਦੀ ਸੋਚ ਹੈ, ਜਿਹੜਾ ਅੰਤਰ ਹੈ ਉਹ ਫਿਲਮ ਦੇ ਵਿੱਚ ਖਤਮ ਕੀਤਾ ਗਿਆ ਇਹਨਾਂ ਕਾਮੇਡੀ ਵੇ, ਉਹ ਦੇਖ ਕੇ ਤੁਹਾਨੂੰ ਬਹੁਤ ਸਵਾਦ ਆਊਗਾ। ਸਰ ਇਸ ਦੇ ਵਿੱਚ ਹੋਰ ਕਿਹੜੇ ਕਿਹੜੇ ਆਰਟਿਸਟ ਤੁਹਾਡੇ ਨਾਲ ਕੰਮ ਕਰਦੇ ਨਜ਼ਰ ਆਉਂਦੇ? ਇਹਦੇ ਵਿੱਚ ਸੁਖਿੰਦਰ ਭੱਲਾ ਸਾਹਿਬ ਨੇ, ਫਿਰ ਸ਼ਵਿੰਦਰ ਮਹਿਲ ਜੀ ਨੇ, ਯਾਮਨੀ ਮਲਹੋਤਰਾ, ਮੰਨਤ ਜੀ, ਮੈਂ, ਹੋਰ ਵੀ ਬਹੁਤ ਸਾਰੇ ਆਰਟਿਸਟ ਨੇ। ਔਰ ਜਿੱਥੇ ਭੱਲਾ ਸਾਹਿਬ ਦਾ ਨਾਮ ਆ ਜਾਂਦਾ ਤੁਹਾਨੂੰ ਪਤਾ ਫਿਰ ਕਾਮੇਡੀ ਤਾਂ ਕਮਾਲ ਦੀ ਹੋਣੀ ਉਹਦੇ ਵਿੱਚ। ਸਰ ਜਿਹੜੀ ਹੁਣੇ ਤੁਹਾਡੀ ਰੀਸੈਂਟਲੀ ਫਿਲਮ ਆਈ ਸੀ ਰੇਡੂਆ, ਇੱਕ ਬਹੁਤ ਵੱਖਰਾ ਸਬਜੈਕਟ ਪੰਜਾਬੀ ਇੰਡਸਟਰੀ ਸਾਨੂੰ ਵੇਖਣ ਲਈ ਮਿਲਿਆ, ਕੀ ਨਵ ਬਾਜਵਾ ਅੱਗੇ ਵੀ ਕੋਈ ਇੱਦਾਂ ਦਾ ਐਕਸਪੈਰੀਮੈਂਟਲੀ ਸਬਜੈਕਟ ਲੈ ਕੇ ਸਾਡੇ ਲਈ ਹਾਜ਼ਰ ਹੋ ਰਹੇ? ਹਾਂਜੀ ਬਿਲਕੁਲ ਜੀ ਬਿਲਕੁਲ, ਮੈਂ 3 ਫਿਲਮਾਂ ਹੋਰ ਕਰ ਰਿਹਾ, ਉਹਨਾਂ 'ਚੋਂ 3 ਫਿਲਮਾਂ ਵਿੱਚੋਂ ਇੱਕ ਸਬਜੈਕਟ ਇੱਦਾਂ ਦਾ ਹੀ, ਉਹ ਸਬਜੈਕਟ ਦਾ ਨਾਮ ਹੈ 10 ਸੈਕਿੰਡ, ਔਰ ਉਹ ਵੱਖਰਾ ਜਿਹਾ ਸਬਜੈਕਟ ਆ, ਬਿਲਕੁਲ ਕਾਮੇਡੀ ਵੇ ਦੇ ਵਿੱਚ ਲੈ ਕੇ ਆ ਰਹੇ ਹਾਂ, ਔਰ ਆਪਣੇ ਪੰਜਾਬ ਦੇ ਸਾਰੇ ਆਰਟਿਸਟ ਨੂੰ ਦੇਖਣ ਨੂੰ ਮਿਲਣਗੇ। ਸਰ ਕਿੰਨਾ ਫਰਕ ਲੱਗਦਾ ਹੈ ਐਕਟਿੰਗ ਅਤੇ ਡਾਇਰੈਕਸ਼ਨ 'ਚ, ਕੀ ਈਜ਼ੀ ਲੱਗਦਾ ਤੁਹਾਨੂੰ ਦੋਨਾਂ ਚੀਜ਼ਾਂ ਤੋਂ ਜ਼ਿਆਦਾ? ਬਹੁਤ ਮੈਨੂੰ, ਮੈਂ ਐਜ਼ ਐਨ ਐਕਟਰ ਯਾਰ, ਮੈਂ ਐਕਟਰ ਹਾਂ ਬੇਸਿਕਲੀ, ਔਰ ਐਕਟਿੰਗ ਹੀ ਮੇਰਾ ਬੇਸ ਆ, ਉਹੀ ਮੇਰੇ ਵਾਸਤੇ ਫਸਟ ਥਿੰਗ ਆ, ਔਰ ਡਾਇਰੈਕਸ਼ਨ ਐਸੀ ਚੀਜ਼ ਹੈ ਜੋ ਸਭ ਤੋਂ ਔਖੀ ਆ। ਮੈਨੂੰ ਲੱਗਦਾ ਹੈ ਕਿ ਸ਼ਾਇਦ ਐਕਟਰਾਂ ਤੋਂ ਜ਼ਿਆਦਾ ਡਾਇਰੈਕਟਰ ਨੂੰ ਪੈਸੇ ਮਿਲਣੇ ਚਾਹੀਦੇ ਨੇ, ਕਿਉਂਕਿ ਉਹ ਵਿਚਾਰਾ ਦਿਨ ਰਾਤ ਮਿਹਨਤ ਕਰਕੇ ਇੱਕ ਪ੍ਰੋਡਕਟ ਬਣਾਉਂਦਾ ਹੈ, ਅਤੇ ਉਹੀ ਅਸਲ ਹੀਰੋ ਆ ਫਿਲਮ। ਅਤੇ ਸਰ ਇਸ ਫਿਲਮ ਨੂੰ ਆਪਾਂ ਕਦੋਂ ਤੱਕ ਸਿਨੇਮਾ 'ਚ ਦੇਖ ਸਕਦੇ ਹਾਂ? ਦਿਲ ਹੋਣਾ ਚਾਹੀਦਾ ਜਵਾਨ ਬਹੁਤ ਜਲਦੀ ਤੁਹਾਡੇ ਕੋਲ ਆਉਣ ਵਾਲੀ ਹੈ, ਐਂਡ ਪ੍ਰੋਬਲੀ ਅਕਤੂਬਰ ਦੇ ਵਿੱਚ, ਅਜੇ ਡੇਟਸ ਲੌਕ ਹੋ ਰਹੀਆਂ ਨੇ, ਆਈ ਥਿੰਕ ਅਕਤੂਬਰ ਦੇ ਵਿੱਚ ਤੁਸੀਂ ਦੇਖੋਗੇ ਦਿਲ ਹੋਣਾ ਚਾਹੀਦਾ ਜਵਾਨ, ਔਰ ਸਾਰੇ ਉੱਥੇ ਪਹੁੰਚਿਓ, ਬਜ਼ੁਰਗ ਵੀ, ਯੰਗਸਟਰਸ ਵੀ, ਆਪਣੇ ਦਿਲ ਨੂੰ ਜਵਾਨ ਰੱਖਿਓ। ਥੈਂਕ ਯੂ ਸਰ, ਥੈਂਕ ਯੂ ਪੰਜਾਬੀ ਗਰੁੱਪ ਦੀ ਪੂਰੀ ਟੀਮ ਵੱਲੋਂ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਸ਼ਿਕਾਇਤ ਜੀ, ਮੈਂ ਅਮਨ ਸਿੰਘ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ। ਮੈਮ ਅੱਜ ਆਪਾਂ ਇਕੱਠੇ ਹੋਏ ਹਾਂ ਦਿਲ ਹੋਣਾ ਚਾਹੀਦਾ ਜਵਾਨ ਦੇ ਸੈੱਟ 'ਤੇ,
ਕਿਸ ਤਰ੍ਹਾਂ ਦਾ ਰੋਲ ਹੈ ਮੈਮ ਤੁਹਾਡਾ ਇਸ ਫਿਲਮ ਦੇ ਵਿੱਚ, ਕਿਸ ਤਰ੍ਹਾਂ ਅਸੀਂ ਇੱਕ ਨਵੀਂ ਫਿਲਮ ਦੇ ਵਿੱਚ ਇੱਕ ਨਵੀਂ ਮੰਨਾ ਸਿੰਘ ਨੂੰ ਦੇਖਾਂਗੇ? ਐਕਚੁਅਲੀ ਇਹ 'ਚ ਜਿਹੜਾ ਕੈਰੈਕਟਰ ਹੈ ਬਹੁਤ ਹੀ ਡਿਫਰੈਂਟ ਹੈ, ਬਹੁਤ ਹੀ ਵਧੀਆ, ਔਰ ਥੋੜ੍ਹਾ ਜਿਹਾ ਨੈਗੇਟਿਵ ਸ਼ੇਡ ਹੈਗਾ, ਔਰ ਮੈਨੂੰ ਬਹੁਤ ਹੀ ਮਜ਼ਾ ਆ ਰਿਹਾ। ਸਭ ਤੋਂ ਵਧੀਆ ਲੱਗ ਰਿਹਾ ਕਿ ਮੈਂ ਬਹੁਤ ਟਾਈਮ ਬਾਅਦ ਭੱਲਾ ਸਾਹਿਬ ਨਾਲ ਕੰਮ ਕਰ ਰਹੀ ਹਾਂ, ਔਰ ਮੈਨੂੰ ਇੱਦਾਂ ਲੱਗ ਰਿਹਾ ਮੈਂ 10 ਸਾਲ ਪਿੱਛੇ ਚਲੇ ਗਈ ਹਾਂ ਕਿ ਮੈਂ ਉਹਨਾਂ ਨਾਲ ਛੜਕਾਟੇ ਕਰਦੀ ਹੁੰਦੀ ਸੀ। ਅੱਜ ਉੱਦਾਂ ਦਾ ਹੀ ਸਮਾਂ ਬਣਿਆ ਹੋਇਆ, ਉੱਦਾਂ ਹੀ ਉਹ ਮੇਰੀ ਹਰ ਤਰੀਕੇ ਨਾਲ ਹੈਲਪ ਕਰ ਦਿੰਦੇ, ਆਹ ਡਾਇਲੋਗ ਇੱਦਾਂ ਬੋਲ, ਆਹ ਡਾਇਲੋਗ ਇੱਦਾਂ ਬੋਲ। ਅਸੀਂ ਇੱਕ ਦੂਸਰੇ ਦੇ ਦੁਸ਼ਮਣ ਹੈ ਵੈਸੇ ਵਿੱਚ, ਪਰ ਬਹੁਤ ਹੀ ਵਧੀਆ ਕੈਰੈਕਟਰ, ਮੈਨੂੰ ਬਹੁਤ ਮਜ਼ਾ ਆ ਰਿਹਾ। ਮੈਮ ਤੁਸੀਂ ਬਹੁਤ ਪੁਰਾਣੇ ਇਸ ਇੰਡਸਟਰੀ 'ਚ, ਕਿੱਦਾਂ ਦਾ ਲੱਗ ਰਿਹਾ ਉਸ ਜਦੋਂ ਤੁਹਾਡਾ ਸਟਾਰਟਅਪ ਸੀਗਾ ਅਤੇ ਹੁਣ ਦਾ ਟਾਈਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇੰਡਸਟਰੀ 'ਚ? ਹੁਣ ਦਾ ਟਾਈਮ ਤਾਂ ਬਹੁਤ ਹੀ ਵਧੀਆ, ਦੇਖੋ ਕਿੰਨੀਆਂ ਸੋਹਣੀਆਂ ਵੈਨਟੀਜ਼, ਕਿੰਨਾ ਸੋਹਣਾ, ਸਾਰਾ ਕੁਛ ਵਧੀਆ, ਪ੍ਰੋਫੈਸ਼ਨਲੀ ਐਵਰੀਥਿੰਗ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ। ਸਾਡੇ ਉਹਦੇ ਮੇਕਅਪ ਰੂਮ ਨਹੀਂ ਸੀ ਹੁੰਦੇ, ਅਸੀਂ ਬਾਹਰੀ ਕੁਰਸੀ ਲੈ ਕੇ ਮੇਕਅਪ ਕਰੀਦਾ ਸੀ, ਪਰ ਹੁਣ ਇੰਨਾ ਮਜ਼ਾ ਔਰ ਸਾਰੇ ਜਿੰਨੇ ਵੀ ਜਿੰਨੀਆਂ ਵੀ ਮੂਵੀਜ਼ ਬਣ ਰਹੀਆਂ ਬਹੁਤ ਅੱਛੀਆਂ ਮੂਵੀਜ਼ ਆ, ਔਰ ਬੜੀ ਅੱਛੇ ਨਵੇਂ ਨਵੇਂ ਕਲਾਕਾਰ ਵੀ ਆਏ ਆ, ਔਰ ਵਧੀਆ ਲੱਗ ਰਿਹਾ, ਮਜ਼ਾ ਆ ਰਿਹਾ। ਬੰਬੇ 'ਚ ਬੈਠੇ ਜਦੋਂ ਲੋਕ ਕਹਿੰਦੇ ਫਲਾਣੀ ਫਿਲਮ ਹਿੱਟ ਹੋ ਗਈ, ਪੰਜਾਬੀ ਫਿਲਮ, ਮੈਨੂੰ ਉੱਥੇ ਦੇ ਲੋਕਾਂ ਨੂੰ ਵੀ ਪਤਾ, ਬਹੁਤ ਮਜ਼ਾ ਆਉਂਦਾ, ਅੱਛਾ ਲੱਗਦਾ। ਮੈਮ ਅੱਜ ਦੇ ਨਵੇਂ ਕਲਾਕਾਰਾਂ 'ਚ ਤੁਹਾਨੂੰ ਤੁਹਾਡਾ ਫੇਵਰੇਟ ਕਲਾਕਾਰ ਕੌਣ ਹੈ? ਐਕਚੁਅਲੀ ਮੈਨੂੰ ਸਾਰੇ ਵਧੀਆ ਲੱਗਦੇ, ਹੁਣ ਮੈਂ ਸਾਰੇ ਮੇਰੇ ਦੋਸਤ ਹੈਗੇ ਆ, ਮੈਂ ਕਿਉਂ ਕਿਸੇ ਨੂੰ ਮਾੜਾ ਕਹਾਂ, ਸਾਰੇ ਚੰਗੇ। ਤੁਸੀਂ ਦੇਖ ਰਹੇ ਸੀ ਪੰਜਾਬੀ ਗਰੂਪਸ।